ਲੁਧਿਆਣੇ ਦੇ ਪੌਸ਼ ਇਲਾਕੇ ਬਸੰਤ ਵੈਨਿਊ ਦੇ ਨਿਵਾਸੀਆਂ ਦੇ ਵੱਲੋਂ ਬਿਜਲੀ ਪਾਣੀ ਨਾ ਆਉਣ ਦੇ ਕਾਰਨ ਉਹਨਾਂ ਨੇ ਸੜਕ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਬੋਲੇ 18 ਘੰਟਿਆਂ ਦੇ ਕਰੀਬ ਹੋ ਚੁੱਕੇ ਨੇ, ਨਾ ਤਾਂ ਉਹਨਾਂ ਨੂੰ ਬਿਜਲੀ ਮਿਲ ਰਹੀ ਹੈ, ਨਾ ਹੀ ਪਾਣੀ ਆਉਣ ਦੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਇਸ ਨੂੰ ਲੈ ਕੇ ਦੁਗਰੀ ਦੇ ਵਿੱਚ ਚੌਂਕ ਨੂੰ ਵੀ ਜਾਮ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਪੁਲਿਸ ਨੂੰ ਵੀ ਮੁਸ਼ਕਤ ਕਰਨੀ ਪਈ। ਲੁਧਿਆਣਾ ਲਾਈਵ ਲਈ ਹਨੀ ਦੀ ਰਿਪੋਰਟ। ਸਭ ਤੋਂ ਵੱਡਾ ਕਾਰਨ ਪ੍ਰੋਟੈਸਟ ਦਾ ਜਿਹੜਾ ਅੱਜ ਹੈਗਾ ਨਾ, ਤੁਸੀਂ ਅਸੀਂ ਤੁਹਾਨੂੰ ਜਾਣੂ ਪਹਿਲਾਂ ਕਰਵਾ ਦਈਏ, ਬਸੰਤ ਐਵਨਿਊ ਇਲਾਕੇ ਦੀ ਸਾਰੀ ਇੱਥੇ ਜੋ ਤੁਸੀਂ ਜਿੰਨੇ ਇੱਥੇ ਲੋਕ ਪਹੁੰਚੇ ਹੋਏ ਦੇਖ ਰਹੇ ਹੋ, ਇਹ ਕਹਿਣ ਨੂੰ ਪੰਜਾਬ ਦੀ ਸਭ ਤੋਂ ਵੱਡੀ ਕਲੋਨੀ ਹੈ ਜਿਹੜੀ ਬਸੰਤ ਐਵਨਿਊ ਦੇ ਨਾਮ ਤੋਂ ਜਾਣੀ ਜਾਂਦੀ ਹੈ। ਜਿਹੜਾ ਸਾਡਾ ਕੋਲੋਨਾਈਜ਼ਰ ਹੈ, ਪੁੱਟਾ ਅਪਰੂਵਡ ਕਹਿ ਕੇ ਕਲੋਨੀ ਨੂੰ ਇੰਨੀ ਕੁ ਜ਼ਿਆਦਾ ਮਸ਼ਹੂਰ ਕਰ ਰਿਹਾ ਕਿ ਸਾਡੀ ਪ੍ਰੋਪਰ ਪੁੱਟਾ ਅਪਰੂਵਡ ਕਲੋਨੀ ਹੈ ਅਤੇ ਉਹਦੇ ਵਿੱਚ ਕੋਟੀਆਂ ਦੇ ਭਾਅ ਲਏ ਹੋਏ ਪਲਾਟ ਅੱਜ ਹਜ਼ਾਰਾਂ ਰੁਪਏ ਦੇ ਵੇਚ ਕੇ ਕਰੋੜਾਂ ਰੁਪਈਏ ਵੱਟ ਰਿਹਾ। ਲੇਕਿਨ ਉਸ ਕਲੋਨੀ ਦੇ ਵਿੱਚ ਫੈਸਿਲਿਟੀਜ਼ ਦੇ ਨਾਮ ਦੇ ਉੱਤੇ ਸਾਨੂੰ ਛਿੱਕੂ ਮਿਲ ਰਿਹਾ। ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਉਹ ਹੈਗੀ ਹੈ ਜਿਹੜੀ ਸਾਨੂੰ ਪਾਵਰ ਸਪਲਾਈ ਜਿਹੜੀ ਹੈ ਨਾ, 18-18 ਘੰਟੇ ਦਾ 20-20 ਘੰਟੇ ਦਾ ਸਾਨੂੰ ਉੱਥੇ ਕੱਟ ਮਿਲ ਰਿਹਾ, 20-20 ਘੰਟੇ ਦਾ ਕੱਟ। ਜਿੰਨੇ ਤੁਸੀਂ ਇੱਥੇ ਲੋਕ ਦੇਖ ਰਹੇ ਹੋ ਸਾਰੇ ਹੀ ਇਸ ਵੇਲੇ, ਜਿਨ੍ਹਾਂ 'ਚ ਜਵਾਨ ਵੀ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਛੋਟੇ ਛੋਟੇ ਬੱਚਿਆਂ ਵਾਲਾ ਪਰਿਵਾਰ ਹੈ, ਬਜ਼ੁਰਗਾਂ ਵਾਲਾ ਪਰਿਵਾਰ ਹੈ, 18-18 ਘੰਟੇ ਦਾ ਕੱਟ, 20-20 ਘੰਟੇ ਦਾ ਕੱਟ ਭਰੀ ਗਰਮੀ ਦੇ ਵਿੱਚ ਉੱਥੇ ਦੇ ਰੈਜੀਡੈਂਟਸ ਜਿਹੜੇ ਵਸਨੀਕ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਔਰ ਉਹਦਾ ਮੁੱਖ ਕਾਰਨ ਕੀ ਹੈ, ਬਸੰਤ ਐਵਨਿਊ ਦਾ ਜਿਹੜਾ ਫੀਡਰ ਹੈ ਜਿਹਨੂੰ ਆਦਰਸ਼ ਫੀਡਰ ਦੇ ਨਾਮ 'ਤੇ ਜਾਣਿਆ ਜਾਂਦਾ, ਆਦਰਸ਼ ਫੀਡਰ ਜਦੋਂ ਸ਼ੁਰੂ ਕੀਤਾ ਗਿਆ ਸੀ ਉਹਨੂੰ ਛੋਟਾ ਜਿਹਾ ਲੋਡ ਕਪੈਸਿਟੀ ਦੇ ਨਾਲ ਤਿਆਰ ਕੀਤਾ ਗਿਆ ਸੀ, ਪੇਂਡੂ ਹੈ, ਉਹਦੀ ਲੋਡ ਕਪੈਸਿਟੀ ਜਿਹੜੀ ਹੈ ਬਹੁਤ ਘੱਟ ਹੈ, ਬਹੁਤ ਹੀ ਘੱਟ ਹੈ। ਸਮਾਂ ਵੱਧਦਾ ਗਿਆ, ਸਮਾਂ ਵੱਧਦਾ ਰਿਹਾ, ਕਲੋਨੀ ਦਾ ਜਿਹੜਾ ਵਿਕਾਸ ਹੈ ਉਹ ਹੁੰਦਾ ਰਿਹਾ, ਕਲੋਨੀ ਦੇ ਨਾਲ ਦੇ ਏਰੀਆਜ਼ ਦਾ ਵਿਕਾਸ ਹੁੰਦਾ ਰਿਹਾ, ਔਰ ਉਸ ਆਦਰਸ਼ ਫੀਡਰ ਦੇ ਉੱਤੇ ਲੋਡ ਵਧਾਈ ਗਏ। ਲੇਕਿਨ ਉੱਥੇ ਦਾ ਇਨਫਰਾਸਟ੍ਰਕਚਰ, ਉੱਥੇ ਦੀ ਕਪੈਸਿਟੀ ਨੂੰ ਨਹੀਂ ਵਧਾਇਆ ਗਿਆ, ਜਿਹਦੇ ਕਾਰਨ ਉੱਥੇ ਨਿੱਤ ਦਿਹਾੜੀ ਕੋਈ ਨਾ ਕੋਈ ਫਾਲਟ ਆਇਆ ਰਹਿੰਦਾ। ਔਰ ਸਾਡੇ ਇੱਥੇ ਜਿਹੜੇ ਪਾਵਰਕੌਮ ਦੇ ਬਿਜਲੀ ਮਹਿਕਮੇ ਦੇ ਜਿਹੜੇ ਅਫਸਰ ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਨੇ, ਉਹਨਾਂ ਨੂੰ 20-20 ਘੰਟੇ ਲੱਗ ਜਾਂਦੇ ਨੇ ਫਾਲਟ ਲੱਭਣ ਵਾਸਤੇ, ਫਾਲਟ ਨਹੀਂ ਲੱਭਦਾ ਔਰ ਲੋਕਾਂ ਨੂੰ ਬਾਰ ਬਾਰ ਗੁੰਮਰਾਹ ਕੀਤਾ ਜਾਂਦਾ, ਅੱਧੇ ਘੰਟੇ 'ਚ ਲਾਈਟ ਆ ਰਹੀ, ਘੰਟੇ 'ਚ ਲਾਈਟ ਆ ਰਹੀ ਹੈ। ਮੈਂ ਕਹਿੰਦਾ ਜੀ, ਸਾਡੀ MLA ਸਾਹਿਬ ਨਾਲ ਗੱਲ ਹੋਈ, ਪ੍ਰਸ਼ਾਸਨ ਦੇ ਬਾਕੀ ਹੋਰ ਬੰਦਿਆਂ ਨਾਲ ਗੱਲ ਹੋਈ, ਬਿਜਲੀ ਮਹਿਕਮੇ ਦੇ ਆਲਾ ਅਫਸਰਾਂ ਨਾਲ ਗੱਲ ਹੋਈ, ਅਤੇ ਸਾਨੂੰ ਇੱਕ ਦੂਜੇ ਦੇ ਖੇਮੇ ਵਿੱਚ ਫੁੱਟਬਾਲ ਵਾਂਗੂ ਸੁੱਟਿਆ ਜਾਂਦਾ। MLA ਸਾਹਿਬ ਕਹਿੰਦੇ ਨੇ ਪਾਵਰਕੌਮ ਵਾਲੇ ਦਾ ਕੰਮ ਹੈ, ਪਾਵਰਕੌਮ ਵਾਲੇ ਕਹਿੰਦੇ ਨੇ ਬਿਜਲੀ ਉਹਦਾ ਸਾਡੇ ਕੋਲੋਨਾਈਜ਼ਰ ਦਾ ਕੰਮ ਹੈ, ਕੋਲੋਨਾਈਜ਼ਰ ਕਹਿੰਦਾ ਮੇਰਾ ਕੰਮ ਹੀ ਹੈ ਨੀਗਾ, ਉਹ ਕੰਮ ਕਰਨਾ ਬਿਜਲੀ ਬੋਰਡ ਦੇ ਕਰਨਾ, ਸਾਨੂੰ ਗੇਂਦ ਵਧੇ ਇੱਧਰੋਂ ਸੁੱਟ ਦਿੱਤਾ ਜਾਂਦਾ ਉੱਧਰੋਂ ਇੱਧਰ ਸੁੱਟ ਜਾਂਦਾ। ਅਗਲੀ ਗੱਲ ਇਹ ਹੈ, ਅਸੀਂ ਇਹ ਸਵਾਲ ਕਰਦੇ ਹਾਂ, ਸਾਡੇ ਕੋਲੋਂ ਜੋ ਮੀਟਰ ਲਾਉਣ ਦੀ ਜਿੰਨੋ ਸਿਕਿਉਰਿਟੀ ਲਈ ਜਾਂਦੀ ਹੈ ਉਹ ਬਿਜਲੀ ਮਹਿਕਮੇ ਵਾਲੇ ਲੈਂਦੇ ਨੇ, ਜਦੋਂ ਬਿਜਲੀ ਮਹਿਕਮੇ ਕੋਲ ਜਾਂਦੇ ਹਾਂ ਉਹ ਕਹਿੰਦੇ ਨੇ ਤੁਸੀਂ ਆਪਣੇ ਕੋਲੋਨਾਈਜ਼ਰ ਨੂੰ ਮਿਲੋ, ਉਹਨੇ ਟਰਾਂਸਫਾਰਮਰ ਘੱਟ ਲਾਏ ਨੇ। ਜੇ ਟਰਾਂਸਫਾਰਮਰ ਦੀ ਗੱਲ ਕਰਦੇ ਹੋ ਕਹਿੰਦਾ ਟਰਾਂਸਫਾਰਮਰ ਪੂਰੇ ਨੇ, ਪਿੱਛੋਂ ਫੀਡਰ ਸ਼ਾਰਟ ਹੈਗਾ ਕਿਉਂਕਿ ਫੀਡਰ ਦੀ ਕਪੈਸਿਟੀ ਘੱਟ ਹੈ। ਸਾਡੀ ਮੰਗ ਇਹ ਹੈ ਕਿ ਅਸੀਂ ਇੱਥੇ ਦੇ ਟੈਕਸ ਪੇਇੰਗ ਨਾਗਰਿਕ ਹੈਗੇ ਹਾਂ, ਅਸੀਂ ਪੂਰਾ ਟੈਕਸ ਵੀ ਪੇ ਕਰਦੇ ਹਾਂ, ਬਿਜਲੀ ਦੇ ਬਿੱਲ ਵੀ ਪੂਰੇ ਤਾਰਦੇ ਹਾਂ, ਲੇਕਿਨ 18-18 ਘੰਟੇ ਦਾ ਬਿਜਲੀ ਦਾ ਬਿੱਲ, ਬਿਜਲੀ ਦਾ ਜੋ ਕੱਟ ਹੈ ਉਹ ਫੇਸ ਕਰਦੇ ਹਾਂ, ਗਰਮੀ ਤਰ੍ਹਾਂ ਤਰ੍ਹਾਂ ਮਰਦੇ ਹਾਂ, ਪਾਣੀ ਤੋਂ ਮੁਤਾਜ ਹਾਂ, ਸਾਨੂੰ ਸਾਡੇ ਮੌਲਿਕ ਹੱਕ, ਨੈਤਿਕ ਹੱਕ ਪੂਰੇ ਕਰਕੇ ਦਿੱਤੇ ਜਾਣ, ਨਹੀਂ ਤਾਂ ਅਸੀਂ ਇਹੋ ਜਿਹੇ ਵਾਰ ਵਾਰ ਪ੍ਰਦਰਸ਼ਨ ਕਰਦੇ ਰਹਾਂਗੇ, ਇੱਦਾਂ ਹੀ ਸੜਕਾਂ ਦੇ ਵਿੱਚ ਲੋਕਾਂ ਦੀ ਕਚਹਿਰੀ 'ਚ ਆਉਂਦੇ ਰਹਾਂਗੇ, ਆਪਣਾ ਸੁਨੇਹਾ ਦਿੰਦੇ ਰਹਾਂਗੇ, ਅਸੀਂ ਮਰਨ ਲਈ ਤਿਆਰ ਹਾਂ ਕਿਉਂਕਿ ਸਾਨੂੰ ਉੱਥੇ ਵੀ ਮਾਰਿਆ ਹੀ ਜਾ ਰਿਹਾ। ਸਾਡੇ ਬਿਜਲੀ ਦੇ ਮਹਿਕਮੇ ਦੇ ਸਾਨੂੰ ਚੜ੍ਹਦੇ ਇਲਜ਼ਾਮ ਲੱਗ ਰਹੇ ਹੈਗੇ ਨੇ, ਇਹ ਸਾਰੇ ਬੇਬੁਨਿਆਦ ਨੇ, ਸਿਰਫ ਫੀਡਰ ਦਾ ਰੋਲ ਆ ਭਾਅ ਜੀ, ਇਹ ਫੀਡਰ ਦੋ ਫੀਡਰ ਨੇ ਸਾਡੇ, ਇੱਕ ਫੀਡਰ ਹੈਗਾ ਮਾਲਟਾਊਨ ਤੋਂ, ਇੱਕ ਫੀਡਰ ਹੈ ਆਦਰਸ਼ ਫੀਡਰ, ਆਦਰਸ਼ ਫੀਡਰ ਪੇਂਡੂ ਫੀਡਰ ਆ ਜਿਹਦੇ ਵਿੱਚ ਕਈ ਸਾਲਾਂ ਤੋਂ ਕੋਈ ਪ੍ਰੋਬਲਮ ਨਹੀਂ ਆਈ, 4 ਸਾਲਾਂ ਤੋਂ ਜੁੜਿਆ ਹੋਇਆ ਫੀਡਰ ਲੈਵਲ ਆ। ਇਸ ਸਾਲ
ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈ ਤਾਂ ਲੋਕ ਪਰੇਸ਼ਾਨ ਨੇ। ਲੋਕ ਇੱਥੇ 20-25-25-30 ਸਾਲ ਤੋਂ ਰਹਿ ਰਹੇ ਨੇ, ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਅੱਜ ਤੱਕ। ਇਸ ਸਾਲ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ ਤਾਂ ਲੋਕ ਭੜਕੇ ਹੋਏ ਆ। ਬਿਜਲੀ ਬੋਰਡ ਨੂੰ ਅਸੀਂ ਰਿਕੁਐਸਟ ਕੀਤੀ ਆ ਆਪਣੇ ਤੌਰ 'ਤੇ ਕਿ ਸਾਡਾ ਇਹ ਫੀਡਰ ਮਾਡਰਨ ਫੀਡਰ ਕੀਤਾ ਜਾਵੇ। ਉਹ ਕਹਿੰਦੇ ਕਿ ਸਾਡੇ ਕੋਲ ਕਪੈਸਿਟੀ ਹੈ ਨਹੀਂ ਗੀ, 300 ਕਿਲੋਵਾਟ ਮਾਡਰਨ ਫੀਡਰ ਚੱਲ ਰਿਹਾ ਹੈਗਾ, 300 ਕਿਲੋਵਾਟ ਹੀ ਆਦਰਸ਼ ਫੀਡਰ ਚੱਲ ਰਿਹਾ ਹੈਗਾ, ਉਹਨਾਂ ਕੋਲ ਕਪੈਸਿਟੀ ਹੈ ਨਹੀਂ ਗੀ। ਉਹ ਇਹਦਾ ਸਲਿਊਸ਼ਨ ਕੱਢ ਰਹੇ ਨੇ, ਕੋਈ ਨਵਾਂ ਫੀਡਰ ਖਿੱਚਣ ਲੱਗੇ ਨੇ। ਉਹ ਕਹਿੰਦੇ ਸਾਨੂੰ ਮਹੀਨੇ ਦੇ ਵਿੱਚ ਵੀ ਅਸੀਂ ਇਹ ਫੀਡਰ ਚਲਾ ਲਾਂਗੇ। ਅਤੇ ਦੂਜਾ ਆਰੋਪ ਉਹਨਾਂ ਨੇ ਇਹ ਲਾਇਆ ਹੈ ਕਿ ਤੁਸੀਂ ਪੁੱਡਾ ਪਰੂਫ ਕਹਿ ਕੇ ਜਿਹੜੀ ਹੈਗੀ ਹੈ ਕਲੋਨੀ ਵਿੱਚ, ਇਹ ਯਾਨੀ ਕਿ ਇਹ ਪੁੱਡਾ ਪਰੂਫ ਕਲੋਨੀ ਵੀ ਹੈ ਨਹੀਂ ਗੀ। ਇਸ ਤਰ੍ਹਾਂ ਕਿ ਇਹ ਜਿਵੜੀ ਚੀਜ਼ ਨਹੀਂ, ਨਾ ਤਾਂ ਅਸੀਂ ਕਹਿ ਅਨਪੁੱਡੂ ਕੰਮ ਕੀਤਾ ਹੈਗਾ, ਨਾ ਸਾਡੇ ਤੋਂ ਕਰਾਵੇ ਰੱਬ। ਅਸੀਂ ਜਿਹੜੀ ਪੁੱਡਾ ਪਰੂਫ ਕਲੋਨੀ ਵੇਚੀ ਹੈਗੀ ਆ, ਕੋਈ ਬੰਦਾ ਜਿਹੜਾ ਇਲਜ਼ਾਮ ਲਗਾਉਂਦਾ ਹੈਗਾ ਉਸ ਬੰਦੇ ਨੂੰ ਸਾਡੇ ਸਾਹਮਣੇ ਕਰੋ ਕਿ ਅਸੀਂ ਉਹਨੂੰ ਕਿਹੜਾ ਪਲਾਟ ਗਲਤ ਕਰਕੇ ਵੇਚਿਆ, ਨਾ ਅਸੀਂ ਕੋਈ ਅਨਪੁੱਡ ਕੰਮ ਕਰਦੇ ਹਾਂ। ਜਿੰਨੇ ਵੀ ਕੰਮ ਕੀਤਾ ਸੀ ਸਰਕਾਰ ਨੂੰ ਰੈਵਨਿਊ ਦੇ ਕੇ, ਪੁੱਡਿਆਂ ਨੂੰ ਪੁੱਡਿਆਂ ਦੀ ਫੀਸ ਦੇ ਕੇ, ਆਪਣਾ ਕਲੋਨੀ ਪਾਸ ਕਰਾ ਕੇ, ਲਾਇਸੈਂਸ ਲੈ ਕੇ ਫਿਰ ਵੇਚੀ ਅਸੀਂ, ਅਦਰਵਾਈਜ਼ ਅਸੀਂ ਕੋਈ ਕੰਮ ਨਹੀਂ ਕੀਤਾ ਅਜਿਹਾ। ਜਿਹੜੀ ਕੋਈ ਪਾਣੀ ਦੀ ਸਪਲਾਈ ਪ੍ਰੋਪਰ ਟਾਈਮ 'ਤੇ ਨਹੀਂ ਮਿਲਦੀ ਇਹਨਾਂ ਨੂੰ, ਸਿਰਫ ਸਿਰਫ ਜੇ ਬਿਜਲੀ ਹੋਏਗੀ ਤਾਂ ਹੀ ਮਿਲੇਗੀ ਜੀ, ਇੱਥੇ ਤਾਂ ਕੋਈ ਗਲਤ ਨਹੀਂ ਹੈ। ਜੇ ਬਿਜਲੀ ਹੋਏਗੀ ਤਾਂ ਪਾਣੀ ਮਿਲ ਰਿਹਾ, ਜੇ ਬਿਜਲੀ ਨਹੀਂ ਹੋਏਗੀ ਤਾਂ ਪਾਣੀ ਕਿਵੇਂ ਮਿਲੇਗਾ ਜੀ? ਮਤਲਬ ਤੁਸੀਂ ਜਿਹੜੇ ਤੁਹਾਡੇ ਉੱਤੇ ਆਰੋਪ ਲਗਾਏ ਨੇ ਉਹ ਸਰਾਸਰ ਬੇਬੁਨਿਆਦ ਨੇ ਜੀ? ਸਰ ਮੈਂ ਇੰਨੇ ਸਾਲ ਤੋਂ ਕੰਮ ਕਰ ਰਿਹਾ, ਸਾਰਾ ਤਸਵੀਰਾਂ ਤੁਹਾਨੂੰ ਪਤਾ ਹੀ ਹੈ, ਮੈਂ ਕਿੰਨੇ ਸਾਲ ਤੋਂ ਕਲੋਨੀ ਕੱਟੀ ਵੀ ਆਏ, ਅੱਜ ਤੱਕ ਕਦੀ ਮੈਂ ਵਿੱਚ ਰਹਿੰਦਾ ਨਾਲੇ। ਪੰਜਾਬ ਦੇ ਵਿੱਚ ਕਲੋਨਾ ਹੋਰ ਬਥੇਰੇ ਹੈਗੇ ਨੇ, ਕੋਈ ਵਿੱਚ ਰਹਿੰਦਾ ਆਪਣੀ ਕਲੋਨੀ ਦੇ ਵਿੱਚ? ਮੈਂ ਵਿੱਚ ਰਹਿੰਦਾ ਹੈਗਾ ਆਪ। ਜੇ ਲੋਕਾਂ ਦੇ ਘਰੇ ਪਾਣੀ ਨਹੀਂ ਤਾਂ ਸਾਡੇ ਘਰੇ ਵੀ ਹੈ ਨਹੀਂ ਗਾ, ਲੋਕਾਂ ਦੇ ਘਰੇ ਲਾਈਟ ਨਹੀਂ ਤਾਂ ਸਾਡੇ ਘਰੇ ਵੀ ਹੈ ਨਹੀਂ ਗੀ। ਮਤਲਬ ਕਿ ਤੁਹਾਡੀ ਮੰਗ ਹੈ ਜਿਹਦਾ, ਉਹ ਕਹਿੰਦੇ ਕਿ ਅਸੀਂ ਰੋਜ਼ ਧਰਨੇ ਲਾਵਾਂਗੇ, ਲੇਕਿਨ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਕੋਈ ਸਲਿਊਸ਼ਨ ਹੈਗਾ ਤੁਹਾਡੇ ਖਿਲਾਫ਼? ਧਰਨੇ ਸਾਡੇ ਖਿਲਾਫ਼ ਤਾਂ ਚਲੋ ਕੀ ਲਗਾਉਣੇ, ਧਰਨਾ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ। ਆਪਾਂ ਸਰਕਾਰ ਨੂੰ ਰਿਕੁਐਸਟ ਕਰਕੇ ਫੀਡਰ ਚੇਂਜ ਕਰਾਈਏ, ਅੱਧੀ ਸਪਲਾਈ ਬਸੰਤ ਨਗਰ ਵਿੱਚ ਚੱਲ ਰਹੀ ਹੈ, ਅੱਧੀ ਸਪਲਾਈ ਗੱਲ ਚੱਲ ਰਹੀ ਹੈ। ਅਤੇ ਜਿੱਦਾਂ ਕਿ ਉਹ ਕਹਿ ਰਹੇ ਕਿ ਸੰਘੋਵਾਲ ਨੇ ਅੱਜ ਤੱਕ ਉਹਨਾਂ ਦੀ ਸੁਣਵਾਈ ਨਹੀਂ ਕੀਤੀ? ਨਹੀਂ, ਸੰਘੋਵਾਲ ਸਾਹਿਬ ਕੀ ਕਹਿਣਗੇ ਇਹਦੇ ਵਿੱਚ? ਸੰਘੋਵਾਲ ਸਾਹਿਬ ਦਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ, ਬਿਜਲੀ ਬੋਰਡ ਨੇ ਹੀ ਕਰਨਾ। ਮੇਰੀ ਗੱਲ ਹੋਈ ਹੈ ਐਸ ਓ ਸਾਹਿਬ ਨਾਲ, ਉਹ ਕਹਿੰਦੇ ਜੀ ਅੱਧਾ ਜਿਹੜਾ ਫੀਡਰ ਹੈ ਉਹ ਤੁਹਾਡਾ ਫੇਰ ਅਸੀਂ ਇੱਕ ਮਹੀਨੇ ਵਿੱਚ ਚੇਂਜ ਕਰ ਦਾਂਗੇ। ਮੇਰੇ ਕੋਲ ਆਏ ਸੀਗੇ ਉਹ ਟ੍ਰੀ ਕਟਿੰਗ ਵਾਸਤੇ। ਦੇਖੋ ਇੱਕ ਪ੍ਰੋਬਲਮ ਹੋਰ ਹੈਗੀ ਆ, ਮੈਂ ਤੁਹਾਨੂੰ ਕਲੀਅਰ ਕਰਾਂ, ਜਿਹੜਾ ਫੀਡਰ ਨਹੀਂ ਚਾਲੂ ਹੋ ਰਿਹਾ, ਜਿਹੜੇ ਦਰਖਤ ਇੰਨੇ ਵੱਡੇ ਹੋ ਗਏ ਇਸ ਸਾਲ, ਉਹ ਦਰਖਤਾਂ ਕਰਕੇ ਕਟਿੰਗ ਚੱਲਦੀ ਪਈ। ਮੇਰੀ ਪਰਸਨਲ ਮੀਟਿੰਗ ਹੋਈ ਇਹਨਾਂ ਨਾਲ ਅਤੇ ਕਟਿੰਗ ਪ੍ਰੋਪਰ ਚੱਲਦੀ ਵੀ ਹੈ। ਇਹਨਾਂ ਨੂੰ ਮੈਂ ਕਿਹਾ 15 ਦਿਨ ਦੇ ਵਿੱਚ ਤੁਹਾਡਾ ਕੰਮ, ਜੇ ਮੌਸਮ ਸਹੀ ਰਹੇ ਤਾਂ ਕਟਿੰਗ ਸਾਰੀ ਹੋ ਜਾਏਗੀ। ਲੋਕਾਂ ਦਾ ਜਿਹੜਾ ਐਲੀਗੇਸ਼ਨ ਲੱਗ ਰਿਹਾ ਜੀ ਕੋਈ ਟਰਾਂਸਫਾਰਮਰ ਦੇ ਰਿਗਾਰਡਿੰਗ, ਸਾਡੇ ਪ੍ਰੋਪਰ ਟਰਾਂਸਫਾਰਮਰ ਰੱਖੇ ਹੋਏ ਨੇ। ਅਸੀਂ ਲੋਕਾਂ ਨੂੰ ਕਿਹਾ ਕਿ ਕਿਹੜੇ ਏਰੀਏ ਵਿੱਚ ਲੋੜ ਹੈਗੀ ਹੈ ਤੁਹਾਨੂੰ ਦੱਸੋ ਮੈਨੂੰ, ਮੈਂ ਇਮੀਡੀਏਟਲੀ ਕੱਲ੍ਹ ਵੀ ਲਿਖਾਇਆ ਮੈਂ ਟਰਾਂਸਫਾਰਮਰ, 200 KV ਦਾ ਟਰਾਂਸਫਾਰਮਰ ਗੌਰਮੈਂਟ ਨੇ ਪਾਸ ਕੀਤਾ, 200 KV ਦਾ ਟਰਾਂਸਫਾਰਮਰ ਵੀ ਪਏ ਹੈਗੇ ਆ। ਹੋ ਕੀ ਰਿਹਾ, ਲੋਕਾਂ ਦੇ ਘਰਾਂ ਦੇ ਲੋੜ ਹੈਗਾ ਜ਼ਿਆਦਾ, ਉਹਨਾਂ ਨੇ ਕੱਲ੍ਹ ਘੱਟ ਕਪੈਸਿਟੀ ਦੇ ਲੋੜ ਚਲਾਏ ਪਏ ਨੇ। ਇਹ ਥੋੜ੍ਹੀ ਜਿਹੀ ਗੌਰ ਕਰਨ ਵਾਲੀ ਗੱਲ ਹੈਗੀ ਹੈ, ਲੋਕਾਂ ਦੇ ਘਰਾਂ ਦੇ ਲੋੜ ਹੈਗੇ ਜ਼ਿਆਦਾ ਅਤੇ ਲਿੱਤੇ ਵੀ ਘੱਟ ਉਹਨਾਂ ਨੇ, ਆਹ ਗੱਲ ਹੈ ਜੀ। ਅਦਰਵਾਈਜ਼ ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ, ਮੈਂ ਪਿੱਛੇ ਬੈਠਾ। ਉਸ ਤੋਂ ਬਾਅਦ ਲੋਕਾਂ ਦਾ ਵੀ ਕਹਿਣਾ ਕਿ ਪਾਣੀ ਨਹੀਂ ਆ ਰਿਹਾ ਇੱਥੇ, ਕਾਫੀ ਕੁਝ ਜਿਹੜੀਆਂ ਦਿੱਕਤਾਂ ਨੇ ਉਹਦੀਆਂ
ਉਹਦੇ ਸੰਬੰਧੀ ਕੀ ਕਹਿਣਾ ਚਾਹੁੰਦਾ? ਇਹ ਤਾਂ ਉਹਦੇ ਸੰਬੰਧੀ ਇਹ ਕਹਿਣਾ ਚਾਹੁੰਦਾ, ਜਿਹੜੀ ਸਾਡਾ ਜਿਹੜਾ ਕੋਲੋਨਾਈਜ਼ਰ ਦਾ ਜਿਹੜਾ ਐਲਡੀ ਸਿਸਟਮ ਕੋਲੋਨਾਈਜ਼ਰ ਨੇ ਕੀਤਾ ਹੋਇਆ, ਸਾਡੇ ਕੋਲ ਸਿਰਫ 11 KV ਸਪਲਾਈ ਹੈ ਇਹਦੀ। 11 KV ਸਪਲਾਈ ਦੇ ਅਸੀਂ ਮੇਨਟੇਨ ਅਗਲੇ ਹਫ਼ਤੇ ਕਰਵਾ ਦਾਂਗੇ। ਮੀਂਹ ਕਰਕੇ ਸਪਲਾਈ ਪ੍ਰਭਾਵਿਤ ਰਹੀ ਹੈ, ਕਿਉਂਕਿ ਮੰਗਲ ਬੁੱਧ ਵੀਰ ਤੰਦਰ ਮੀਂਹ ਬਹੁਤ ਪੈਂਦਾ ਰਿਹਾ ਵਾ, ਠੀਕ ਹੈ ਜੀ। ਬਾਕੀ ਇਹਨਾਂ ਨਾਲ ਕੋਲੋਨਾਈਜ਼ਰ ਦਾ ਜੋ ਇਸ਼ੂ ਆ ਉਹ ਫਿਰ ਇਹਨਾਂ ਸੋਰਟ ਆਊਟ ਕਰਵਾ ਦਾਂਗੇ ਸਾਡੇ ਚੀਫ ਸਾਹਿਬ ਥਰੂ। ਨਹੀਂ ਸਰ, ਸਾਨੂੰ ਸਿਸਟਮ ਉਹ ਹੈਂਡ ਓਵਰ ਨਹੀਂ ਹੋਇਆ, ਸਿਰਫ ਕੋਲੋਨਾਈਜ਼ਰ ਕੋਲ ਹੀ ਆ, ਸਾਰੀ ਮੇਨਟੇਨ ਕੋਲੋਨਾਈਜ਼ਰ ਕਰ ਰਿਹਾ ਉਹਦੀ ਟੋਟਲੀ। ਸਰ ਇੱਥੇ ਉਹਦਾ ਹਾਲ ਤੁਹਾਨੂੰ ਅੱਜ ਕਰਵਾ ਕੇ ਦੱਸਦਾ। ਸਰ ਇੱਥੇ ਕਿੰਨੇ ਕੁ ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਅਤੇ ਹੁਣ ਮੇਨਲੀ ਮੰਗਲ ਬੁੱਧ ਵੀਰਵਾਰ ਜਦੋਂ ਮੀਂਹ ਪਿਆ ਜਦੋਂ ਹੀ ਜ਼ਿਆਦਾ ਇਸ਼ੂ ਆ। ਸਰ ਤੱਕ ਆ ਜੂਗੀ ਬਿਜਲੀ? ਬਾਕੀ ਬਿਜਲੀ ਤਾਂ ਆ ਰਹੀ ਆ, ਹੁਣ ਚੱਲ ਰਹੀ ਆ ਬਿਜਲੀ ਤਾਂ, ਬਿਜਲੀ ਚੱਲ ਰਹੀ ਆ। ਉਹ ਤਾਂ 18 ਘੰਟੇ ਤਾਂ ਪ੍ਰਭਾਵ, 12 ਘੰਟੇ ਤਾਂ ਪ੍ਰਭਾਵ ਹੋਣੇ ਮੀਂਹ ਪਿਆ ਕਰਕੇ। ਹੁਣ ਆਪਾਂ ਇਹਦੇ ਨੈਕਸਟ ਵੀ ਇਹ ਕਹਿੰਦਾ ਨੇ ਉੱਥੇ ਦਰਖਤ ਲਾਏ ਹੋਏ ਨੇ 11 KV ਲੈਣਾ ਥੱਲੇ, ਉਹਦੇ ਕਰਕੇ ਸਫਾਈ ਜ਼ਿਆਦਾ ਪ੍ਰਭਾਵਿਤ ਰਹਿੰਦੀ ਆ। ਉਹਨਾਂ ਦਾ ਇਹਨਾਂ ਨਾਲ ਹੱਲ ਮਿਲ ਕੇ ਅਸੀਂ ਕਰ ਲੈਂਦੇ ਹਾਂ। ਕਦ ਤੱਕ ਠੀਕ ਹੁੰਦੀ? ਬਿਜਲੀ ਤਾਂ ਚੱਲ ਰਹੀ ਆ ਜੀ, ਨਹੀਂ ਹੋਣੀ ਨਹੀਂ। ਅੱਜ ਬਹੁਤ ਹੀ ਸਤਿਕਾਰਯੋਗ ਗਿੱਲ ਹਲਕੇ ਤੋਂ ਬਸੰਤ ਐਵਨਿਊ ਦੇ ਦੁਖੀ ਲੋਕ ਇਸ ਦੁਗਰੀ ਪੁਲ 'ਤੇ ਜਿਹੜਾ ਧਰਨਾ ਲਾਉਣ ਆਏ ਸੀ ਬਿਜਲੀ ਬੋਰਡ ਦੇ ਖਿਲਾਫ਼। ਮੇਰਾ ਚਾਹੇ ਹਲਕਾ ਨਹੀਂ, ਕਿਉਂਕਿ ਸਰਦਾਰ ਜੀਵਨ ਸਿੰਘ ਸੰਗੋਵਾਲ ਮੇਰੇ ਭਰਾ ਨੇ, ਉਹਨਾਂ ਦੇ ਮਾਧਿਅਮ 'ਤੇ ਮੈਂ ਜਨਤਾ ਨੂੰ ਵਿਸ਼ਵਾਸ ਦਿਉਣਾ। ਇੱਕ ਹਫ਼ਤੇ ਦੇ ਵਿੱਚ ਐਕਸ਼ਨ ਸਾਹਿਬ ਦੇ ਦੱਸਣ ਮੁਤਾਬਕ ਜਿਹੜੀ ਇਹਨਾਂ ਦੀ ਕੋਈ ਜਿਹੜੀ ਪ੍ਰੋਬਲਮ ਹੈ ਬਿਜਲੀ ਬੋਰਡ ਨਾਲ ਸੰਬੰਧਿਤ ਉਹ ਦੂਰ ਕੀਤੀ ਜਾਊ। ਕੁੰਡੀ ਲੱਗਦੀ ਆ ਟੈਂਕੀਆਂ 'ਤੇ? ਕੁੰਡੀ ਲੱਗਦੀ ਆ ਜੀ, 1.5 ਸਾਲ ਹੋ ਗਿਆ ਜੀ। ਜੇ ਕੋਈ ਕੁੰਡੀ ਲਾਊਗਾ ਉਲੰਘਣਾ ਕਰੂਗਾ ਉਹਦੀ ਜਗ੍ਹਾ ਤਾਜਪੁਰ ਸਪੈਸ਼ਲ ਬਣਾਈ ਹੋਈ ਆ। ਸਰ ਇਹ ਕਾਰਵਾਈ ਨਹੀਂ ਕਰ ਰਹੇ ਸਰ? ਹਾਂ, ਕਾਰਵਾਈ ਹੋਊਗੀ। ਕੋਈ ਵੀ ਜਿਹੜਾ ਵੀ ਕਾਨੂੰਨ ਨੂੰ ਹੱਥ 'ਚ ਲਊ ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋਊ। ਇਹ ਮੈਤੋਂ ਆਉਣ ਤੋਂ ਪਹਿਲਾਂ ਵੀ ਮੈਂ ਇੱਕ ਗਰੁੱਪ 'ਚ ਪੜ੍ਹਿਆ ਸੀ, ਕਹਿੰਦੇ ਦੁਗਰੀ ਪੁਲ 'ਤੇ ਧਰਨਾ ਲਾਉਣਾ ਰਿਹਾ। ਮੈਂ ਕਿਹਾ ਦੁਗਰੀ ਪੁਲ ਦਾ ਕੁਲਵੰਤ ਸਿੱਧੂ ਦਾ ਹਲਕਾ, ਇੱਥੇ ਧਰਨਾ ਕਿਉਂ? ਕਹਿੰਦੇ ਇੱਥੇ ਸੁਣਵਾਈ ਹੋ ਜੂਗੀ। ਮੈਂ ਕਿਹਾ ਚਲੋ ਜੀ, ਸੁਣਵਾਈ ਹੋ ਜੂ, ਮੇਰਾ ਵਿਸ਼ਵਾਸ ਆ ਮੈਂ ਆ ਰਿਹਾ। ਸਿੱਧੂ ਸਾਹਿਬ ਦੀ ਸੁਣਵਾਈ ਹੋ ਸਕਦੀ ਹੈ ਜੀ, ਹੋਰ ਕਿਤੇ ਨਹੀਂ ਹੋ ਸਕਦੀ? ਮਿਹਰਬਾਨੀ ਮੇਰੀ, ਕੋਈ ਹੋਰ ਕੋਈ ਗੱਲਬਾਤ ਦੱਸੋ। ਮੈਂ ਕਹਿੰਦਾ 100% ਇਹਨਾਂ ਦੀ ਸੁਣਵਾਈ ਹੋਊ, ਅੱਗੋਂ ਵਾਸਤੇ ਕਿਸੇ ਨੂੰ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪਊ। ਅਗਰ ਐਕਸ਼ਨ ਜਾਂ ਸੰਬੰਧਿਤ ਅਧਿਕਾਰੀ ਕੰਮ ਨਹੀਂ ਕਰਨਗੇ ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਹੁਣ ਨਹੀਂ ਚੱਕਰ ਕੱਢਣਾ ਪਊ, ਠੀਕ ਹੈ ਸਰ।